ਅਸੀਂ ਕਾਦੀਆਂ ਹਲਕੇ ਦੇ ਵਿੱਚ ਅੱਜ ਕਾਨੂੰਵਾਨ ਵਿਖੇ ਪਹਿਲਾ ਜਨਤਾ ਦਰਬਾਰ ਲਾ ਰਹੇ ਹਾਂ। ਜਨਤਾ ਦਰਬਾਰ ਦਾ ਮਕਸਦ ਇਹ ਹੈ ਵੀ ਜਿਹੜੇ ਲੋਕਾਂ ਦੀਆਂ ਗਵਰਨਮੈਂਟ ਦੀਆਂ ਜਿਹੜੀਆਂ ਸਕੀਮਸ ਨੇ, ਜਿਹੜੇ ਗਵਰਨਮੈਂਟ ਦੇ ਦਿੱਤੇ ਹੋਏ ਜਿਹੜੇ ਫਾਇਦੇ ਨੇ, ਉਹ ਕੀ ਹਰ ਲੋੜਵੰਦ ਦੇ ਘਰ ਪਹੁੰਚਦੇ ਨੇ ਕਿ ਨਹੀਂ ਪਹੁੰਚਦੇ, ਉਹਦਾ ਮੌਕੇ 'ਤੇ ਹੀ ਅਸੀਂ ਹੱਲ ਕੱਢਦੇ ਹਾਂ। ਸਾਰੀ ਜਿਹੜੀ ਸਰਕਾਰ ਦੇ ਅਫਸਰ ਸਾਹਿਬਾਨ ਨੇ ਉਹ ਸਾਰੇ ਇੱਥੇ ਬੁਲਾਏ ਨੇ ਬਲੋਕ ਲੈਵਲ ਦੇ। ਬੇਸਿਕਲੀ ਇਹ ਕੰਮ ਬਲੋਕ ਦਾ ਅਤੇ ਬਲੋਕ ਤੋਂ ਹੀ ਹੋਣਾ ਅਤੇ ਉਹਨਾਂ ਦੇ ਜਿਹੜੇ ਮਸਲੇ ਹੈ ਉਹਨਾਂ ਨੂੰ ਅਸੀਂ ਹੱਲ ਕਰਾ ਰਹੇ ਹਾਂ। ਮੌਕੇ 'ਤੇ ਹੀ ਕਾਫੀ ਮਸਲੇ ਹੱਲ ਕੀਤੇ ਗਏ ਨੇ। ਸੋ ਇਹ ਹੈ ਵੀ ਸਰਕਾਰ ਤੁਹਾਡੇ ਦੁਆਰ ਵੀ ਤੁਹਾਨੂੰ ਕੋਈ ਵੀ, ਕਿਉਂਕਿ ਆਮ ਅਸੀਂ ਲੋਕਾਂ ਨੂੰ ਜਦੋਂ ਪਿੰਡਾਂ 'ਚ ਜਾ ਕੇ ਵੇਖੀਦਾ, ਸ਼ਹਿਰਾਂ ਜਾਈਦਾ, ਤੁਹਾਨੂੰ ਉਹ ਬੰਦੇ ਵੇਖਦੇ ਨੇ ਜਿਨ੍ਹਾਂ ਨੂੰ ਵਾਕਈ ਸਰਕਾਰ ਦੀ ਦਿੱਤੀ ਹੋਈ ਸਹੂਲਤ ਮਿਲਦੀ ਨਹੀਂ, ਕਿ ਇਹਦਾ ਕੋਈ ਨੀਲਾ ਕਾਰਡ ਨਹੀਂ ਬਣਿਆ ਹੁੰਦਾ, ਕਿਸੇ ਦਾ ਸ਼ਗਨ ਸਕੀਮ ਦੇ ਨਹੀਂ ਪੈਸੇ ਆਏ ਹੁੰਦੇ, ਕਿਸੇ ਦੀ ਪੈਨਸ਼ਨ ਨਹੀਂ ਆਈ ਹੁੰਦੀ। ਸੋ ਇਹ ਇਨਸ਼ੋਰ ਕਰ ਰਹੇ ਹਾਂ ਵੀ ਹਰ ਬੰਦੇ ਨੂੰ ਸਰਕਾਰ ਦੀ ਦਿੱਤੀ ਹੋਈ ਸਹੂਲਤ ਜਿਹੜੀ ਉਹ ਮਿਲੇ। ਇਹਦੇ ਨਾਲ ਕੀ ਹੈ, ਇੱਕ ਤਾਂ ਲੋਕਾਂ ਨਾਲ ਤੁਹਾਡਾ ਤਾਲਮੇਲ ਹੋ ਜਾਂਦਾ ਹੈ, ਤੁਹਾਡਾ ਲੋਕਾਂ ਨਾਲ ਡਾਇਰੈਕਟ ਕਨੈਕਟ ਹੋ ਜਾਂਦਾ, ਜਿਹੜਾ ਲੋਕ ਹਮੇਸ਼ਾ ਹਰ ਲੋਕ ਚਾਹੁੰਦੇ ਨੇ ਵੀ ਸਾਡਾ ਜਿਹੜਾ MLA ਹੈ, ਸਾਡਾ ਜਿਹੜਾ ਪ੍ਰਤੀਨਿਧ ਹੈ, ਉਹ ਸਾਡੇ ਵਿੱਚ ਆਵੇ ਅਤੇ ਸਾਡੇ ਨਾਲ ਸਿੱਧੀ ਗੱਲ ਕਰੇ, ਅਸੀਂ ਵਾਇਆ ਮੀਡੀਆ ਨਾ ਕਿਸੇ ਨੂੰ ਪਾਈਏ। ਸੋ ਮੈਂ ਸਮਝਦਾ ਇਹ ਬਹੁਤ ਅੱਛੀ ਸਾਡੀ ਜਿਹੜੀ ਪਹਿਲਕਦਮੀ ਅਸੀਂ ਕੀਤੀ ਹੈ ਅਤੇ ਉਹ ਸਾਨੂੰ ਲੌਂਗ ਵੇ ਜਾਏਗੀ ਔਰ ਲੋਕਾਂ ਨੂੰ ਇਹਦਾ ਫਾਇਦਾ ਦੇ। ਦੇਖੋ ਉਹ ਨਾ ਇਹ ਸਿਆਸੀ ਮੀਟਿੰਗ ਨਹੀਂ ਹੈ, ਇਹ ਲੋਕਾਂ ਦੇ ਫਾਇਦੇ। ਲੋਕ ਜਨਤਾ ਦਰਬਾਰ ਦਾ ਮਤਲਬ ਕੀ ਹੈ, ਅਸੀਂ ਆਪਣੀ ਕਾਨਫਰੰਸ ਕਰਨੀ ਹੈ, ਅਸੀਂ ਆਪਣੀ ਪਾਰਟੀ ਦੀ ਗੱਲ ਨਹੀਂ ਕੀਤੀ, ਅਸੀਂ ਉਹ ਗੱਲ ਕੀਤੀ ਹੈ ਵੀ ਸਰਕਾਰ ਦਾ ਜਿਹੜਾ ਕੰਮ ਹੈ ਉਹਦਾ ਫਾਇਦਾ ਲਓ। ਇਹਦੇ ਵਿੱਚ ਜੇ ਕੋਈ ਬੰਦਾ ਕਿਸੇ ਨੂੰ ਅੜਚਨ ਬਣਨ ਦੀ ਕੋਸ਼ਿਸ਼ ਕਰੇਗਾ ਤਾਂ ਉਹ 'ਤੇ ਜੋ ਕਾਰਵਾਈ ਕਾਨੂੰਨੀ ਹੋਣੀ ਚਾਹੀਦੀ ਹੈ। ਜਿਹੜੇ ਕਿਸਾਨੀ ਮੋਰਚੇ ਨੇ, ਸੰਯੁਕਤ ਮੋਰਚੇ ਨੇ ਇੱਕ ਗੱਲ ਕਹੀ ਹੈ ਵੀ ਕਿਸੇ ਵੀ ਕਿਸਾਨ ਨੂੰ ਇਹ ਨਹੀਂ ਕਿਸੇ ਨੂੰ ਆਗਿਆ ਦਿੱਤੀ ਜਾਂਦੀ ਵੀ ਤੁਸੀਂ ਕਿਸੇ ਪੋਲੀਟੀਕਲ ਪਾਰਟੀ ਦੇ ਜਾ ਕੇ ਉਹਨਾਂ ਦੀ ਰੁਕਾਵਟ ਬਣੋ। ਹਾਂ, ਕਿਸੇ ਨੂੰ ਕੋਈ ਪ੍ਰੋਬਲਮ ਹੈ, ਉਹਨਾਂ ਨੇ ਇਹ ਗੱਲ ਕਹੀ ਵੀ ਕਾਨਫਰੰਸਿਸ ਨਾ ਕਰੋ। ਅਜੇ ਅਸੀਂ ਪਾਰਟੀ ਦੀ ਕਾਨਫਰੰਸ ਨਹੀਂ, ਇਹ ਲੋਕਾਂ ਦੀ ਦਰਬਾਰ ਹੈ, ਲੋਕਾਂ ਦਾ ਕੰਮ ਕਰਨ ਲਈ ਹੈ। ਇਹਦਾ ਮਤਲਬ ਵੀ ਲੋਕਾਂ ਨੂੰ ਸਰਕਾਰ ਦੀ ਦਿੱਤੀ ਸਹੂਲਤ ਨਹੀਂ ਮਿਲਣੀ ਚਾਹੀਦੀ, ਇਹ ਕਿੱਡੀ ਸੌੜੀ ਸੋਚ ਹੋ ਸਕਦੀ ਹੈ, ਕਿੱਡੀ ਘਟੀਆ ਸੋਚ ਮੈਂ ਸਮਝਦਾ ਲੋਕਾਂ ਦੀ ਹੈ ਵੀ ਇੱਕ ਗਰੀਬ ਨੂੰ ਉਹਦਾ ਜੇ ਫਾਇਦਾ ਮਿਲਦਾ ਸਰਕਾਰ ਦਾ, ਕੋਈ ਕਹਿੰਦੇ ਨੇ ਜੀ ਵੀ ਇਹਦੇ ਵਿੱਚ ਕੋਈ ਕਾਂਗਰਸ ਦਾ ਨਾਂ ਤੁਸੀਂ ਕਿਸੇ ਨੂੰ ਸੁਣਿਆ ਵੀ ਅਸੀਂ ਪਾਰਟੀ ਵੱਲੋਂ ਆਹ ਕਰ ਰਹੇ ਹਾਂ ਜੀ, ਆਹ ਕਰ ਰਹੇ ਹਾਂ ਜੀ, ਅਸੀਂ ਕਿਹਾ ਸਰਕਾਰ ਦੀ ਦਿੱਤੀ ਹੋਈ ਸਹੂਲਤ ਤੁਹਾਨੂੰ ਮਿਲਣੀ ਚਾਹੀਦੀ, ਬਿਲਕੁਲ ਗਲਤ ਕਰ ਰਹੇ। ਮੈਂ ਇਹ ਸਮਝਣਾ, ਅਸੀਂ ਉਹਨਾਂ ਨੂੰ ਇਹ ਗੱਲ ਕਹਿੰਦੇ ਹਾਂ ਵੀ ਜਿੱਦਣ ਤੁਹਾਡੇ ਪਿੰਡ ਆਵਾਂਗੇ ਨਾ, ਉਦੋਂ ਤੁਹਾਡੀ ਹਰ ਗੱਲ ਦਾ ਜਵਾਬ ਦੇਵਾਂਗੇ ਅਤੇ ਤੁਹਾਡੇ ਕੋਲ ਵੀ ਲਵਾਂਗੇ। 360 ਰੁਪਈਏ ਗੰਨੇ ਦਾ ਭਾਅ ਕਿੰਨੇ ਕੀਤਾ, ਮੈਂ ਗੱਲ ਨਹੀਂ ਕਰਨਾ ਚਾਹੁੰਦਾ, ਬਜਾਏ ਵੀ ਉਸ ਚੀਜ਼ ਦਾ ਸਾਰੇ ਹਰ ਕਿਸਾਨ ਨੂੰ 25,000 ਕਿੱਲੇ ਦਾ ਫਾਇਦਾ ਹੋਇਆ, ਬਜਾਏ ਧੰਨਵਾਦ ਕਰਨ ਦੇ ਜਿਨ੍ਹਾਂ ਨੂੰ ਘਰਾਂ 'ਚ ਰੋਟੀ ਨਹੀਂ ਮਿਲਦੀ, ਪੁੱਛਦਾ ਕੋਈ ਨਹੀਂ, ਉਹ ਬਣ ਜਾਂਦਾ ਇਹਦਾ ਵੀ ਮੈਂ ਇੱਕ ਵੀਡੀਓ ਪਾ ਦਿੰਦੇ ਵੀ ਜੀ ਅਸੀਂ ਇਹ ਗੱਲ ਕਰਾਂਗੇ, ਆਵਾਂਗੇ ਤੁਹਾਡੇ ਪਿੰਡ, ਉਦਣ ਕਰਾਂਗੇ ਗੱਲ। ਮੈਂ ਗੁਰਪ੍ਰੀਤ ਸਿੰਘ ਖਾਨਪੁਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ। ਅੱਜ ਅਸੀਂ ਹਲਕਾ ਕਾਦੀਆਂ ਭੈਣੀ ਮੀਆਂ ਖਾਂ ਕਸਬੇ ਦੇ ਵਿੱਚ ਖਲੋਤੇ ਹਾਂ। ਇੱਥੇ ਅੱਜ ਇੱਥੋਂ ਦੇ ਜਿਹੜੇ ਵਿਧਾਇਕ ਆ MLA ਸਾਹਿਬ ਫਤਿਹ ਜੰਗ ਸਿੰਘ ਜੀ ਬਾਜਵਾ, ਉਹਨਾਂ ਨੇ ਇੱਥੇ ਆਉਣਾ, ਉਹਨਾਂ ਦਾ ਪ੍ਰੋਗਰਾਮ ਸੀਗਾ ਇੱਥੇ, ਜੋ ਆਪਣੇ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਫੈਸਲਾ ਆਇਆ ਵੀ ਜਿੱਥੇ ਸਾਡਾ ਦਿੱਲੀ 'ਚ ਸੰਘਰਸ਼ ਇਸ ਵੇਲੇ ਸਿਖਰਾਂ ਨੂੰ ਛੂਹ ਰਿਹਾ ਆ, ਲਗਭਗ ਉੱਥੇ 600 ਦੇ ਕਰੀਬ ਜਿਹੜੀਆਂ ਸਾਡੇ ਕਿਸਾਨਾਂ ਦੀਆਂ ਜਾਨਾਂ ਜਿਹੜੀਆਂ ਆ ਉੱਥੇ ਗਈਆਂ ਆ, ਸ਼ਹਾਦਤਾਂ ਹੋਈਆਂ ਆ, ਉਹ ਇੱਥੋਂ ਤੱਕ ਜਿਹੜੀਆਂ ਅਰਥੀਆਂ ਪਹੁੰਚੀਆਂ। ਅਸੀਂ ਇਹਨਾਂ ਨੂੰ ਅੱਗੇ ਵੀ ਬੇਨਤੀ ਕੀਤੀ ਸੀ ਵੀ ਜਿਹੜਾ ਮਾਹੌਲ ਆ ਇਹ ਰੈਲੀਆਂ ਵਾਲਾ ਨਹੀਂ ਗਾ, ਇਕੱਠ ਕਰਨ ਵਾਲਾ ਨਹੀਂ ਸੀਗਾ, ਪਰ ਇਹਨਾਂ ਵੱਲੋਂ ਜਿਹੜਾ ਬਹਾਨੇਬਾਜ਼ੀ ਕਰਕੇ ਇੱਥੇ ਜਿਹੜਾ ਇਕੱਠ ਕਰਨ ਦਾ ਵੀ ਲੋਕਾਂ ਦੇ ਮਸਲੇ ਹੱਲ ਕੀਤੇ ਜਾਣਗੇ, ਲੋਕ ਅਦਾਲਤ ਲਾਈ ਜਾਊਗੀ, ਲੋਕ ਮਹਿਕਮਾ ਜਿਹੜਾ ਨਾਲ ਇਕੱਠਾ ਕਰਕੇ ਸਾਰੇ ਮਸਲੇ ਜਿਹੜੇ ਹੱਲ ਕੀਤੇ ਜਾਣਗੇ। ਜੇ ਇਹਨਾਂ ਲੋਕਾਂ ਦੇ ਮਸਲਿਆਂ ਦੀ ਗੱਲ ਕੀਤੀ, ਅਸੀਂ ਲੋਕਾਂ ਦੇ ਮਸਲੇ ਲੈ ਕੇ ਆਪਣੀ ਜਥੇਬੰਦੀ ਵੱਲੋਂ ਇੱਥੇ ਬੜੇ ਸ਼ਾਂਤਮਈ ਤਰੀਕੇ ਨਾਲ ਇੱਥੇ ਪਹੁੰਚੇ ਹਾਂ। ਜੋ ਇੱਥੋਂ ਦੇ DSP ਸਾਹਿਬ, ਵਿਰਕ ਸਾਹਿਬ, ਉਹਨਾਂ ਰੋਕਾਂ ਲਾ ਕੇ ਆਪਣਾ ਪ੍ਰਬੰਧ ਕਰਕੇ ਇਹਨਾਂ ਲੋਕਾਂ ਨੂੰ ਰੋਕਣਾ ਚਾਹਿਆ, ਅਸੀਂ ਸਾਡਾ ਕੁਛ ਨਹੀਂ, ਪ੍ਰਸ਼ਾਸਨ ਨੂੰ ਕਿਹਾ ਵੀ ਸ਼ਾਂਤਮਈ ਤਰੀਕੇ ਨਾਲ ਸਾਡੇ ਜਿਹੜੇ ਜਵਾਬ ਆ, ਸਾਡਾ ਮੰਗ ਪੱਤਰ ਆ, ਜਿਹੜੇ ਇੱਥੋਂ ਦੇ ਲੋਕਲ ਮੰਗ ਪੱਤਰ, ਇੱਥੋਂ ਜਿਹੜੇ ਵਿਧਾਇਕ, ਸਾਡਾ ਮੰਗ ਪੱਤਰ ਲਓ, ਇੱਥੇ ਸਾਡੇ ਸਵਾਲ ਜਵਾਬ ਆ, ਸਾਨੂੰ ਉਹਨਾਂ ਦਾ ਜਵਾਬ, ਸਾਨੂੰ ਸਵਾਲ ਕਰ ਲੈਣ ਦਿਓ। ਪਰ ਪ੍ਰਸ਼ਾਸਨ ਦਾ ਜਿਹੜਾ ਰੁੱਖ ਆ, ਜੋ ਸ਼ੁਰੂ ਤੋਂ ਅਸੀਂ ਵੇਖਦੇ ਆਏ ਹਾਂ, ਇਹੋ ਹੀ ਪਹਿਲਾਂ ਸਰਕਾਰਾਂ ਦੇ ਨਾਲ ਖੜ ਕੇ ਅਤੇ ਪੂੰਜੀਪਤੀਆਂ ਕੋਲ ਲੋਕਾਂ ਦੀ ਲੁੱਟ ਕਰਾਉਣਾ। ਜੇ ਲੋਕ ਆਪਣੇ ਹੱਕ ਸੱਚ ਲਈ ਅਵੇਅਰ ਹੋਏ, ਜਾਗੇ ਆ, ਇਨਸਾਫ ਲੈਣ ਲਈ ਗੱਲ ਕਰਦੇ ਆ, ਅਤੇ ਡਾਂਗ ਦੇ ਜ਼ੋਰ ਨਾਲ ਦਬਾ ਰਹੇ ਆ, ਇਹ ਬਿਲਕੁਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਗੁਰਦਾਸਪੁਰ ਜਿਹੜਾ ਇੱਥੇ ਖਾਤਾ ਖੋਲਿਆ, ਬਿਲਕੁਲ ਨਾ ਇਹ ਡਰਨ ਵਾਲੀ ਆ, ਨਾ ਕਿਸੇ ਤੋਂ ਕੋਈ ਘਬਰਾਉਣ ਵਾਲੀ ਆ।
सच लैके आए हैं, सच्चे सवाल सीगे। वेखो जी उन्होंने मुबारक हो अपना प्रोग्राम कर, पर जो तरीकेकार लोक अदालत लाई है, जो लोक अदालत वाली गल है तो लोग अपने सवाल लैके आए इतने, लोगों के जो मंग मसले उत्ते विचार किए जाए। 120 करोड़ रुपया इतने खराबा आ जोड़ा इतने गुरदासपुर जिले का, जो इस एरिए कणक जी पिछले समय झोना जो बेमौसमी बरसात ना मरिया वो बड़ी वीड्डी रकम इतने रुकी आ, होर इतों के बड़े अनेक मसले आ, गन्ने का मसला आ, करोड़ों रुपया बकाया मिलों के प्राइवेट मिलों खड़ा आ, वो अजे तक कोई दबाने की गल नहीं, करोड़ों रुपया जो प्राइवेट मिलों ने मार के रखा, कानून तो आंदा 15% व्याज ना समेत ना पैसे देंगे, पर जे असी वेखिया जे इतों के आका जे MLA आ हमेशा मिलों वाले वाले पास खलोते, जो किसान अपने एजुटेशन की गल करते हैं उन्होंने ने वक् समय से कुचलिया तो लोगों वाले की गल नहीं की, मिलों वाली इन्होंने गल बिल्कुल कोई जान बुझ के असी शांति लैके इतने आए हैं, कोई ना असी प्रशासन को पहला भी कहा है साड़ी जो गल चली आ, लोगों के मसले लैके असं इतने आए हैं, बिल्कुल जो उन्होंने वालों कहा गया असं अजे भी कहने बाजवा साहब हूँ आ जाए आ लोगों के मंग मसले, साढ़े को मंग पत्र साढ़े आगू साहब ने पढ़िया, सरदार सोहन सिंह गिल होना जो इतों के जोन के प्रधान आ, वो बिल्कुल सवालों तो भज चुके आ, 2 बजे का समा से हूँ तो 3:30 का समा जो हो चुका वो बिल्कुल इतने नहीं गया, लोग अपने मसले लैके आए, मसले सुनाने वास्ते आए हैं, सच लैके आए हैं। पहला जिहड़ा साडे एरिया दे विच जिहड़ी चोरियां हो रही लगातार जिहदे बारे SHO साहब नूं SP साहब नूं बार बार बेनतियां कीतियां गईयां, उत्थे बार बार उन्हां दे नाल गलबात होई पर उन्हां वल्लों कोई भी इस पासे ध्यान नहीं दिता गया। दूजे पासे कि कैप्टन साहब दा गुटका साहब हथ विच फड़ के कहना कि 4 हफ्तिआं दे विच नशे दा लक तोड़ दिता जाएगा, जदकि नशे की सप्लाई पिंडां दे विच पहलां नालों भी ज़्यादा तेजी नाल जिहड़ी उह पैर पसार रही है, उहदा सब तों ज़्यादा नुकसान साडी ही यूथ नूं हो रिहा, उहदा इक उहदे पिछे ही इक जिहड़ा साडा नौजवान जिहड़ा उहनां दा ध्यान जिहड़ा वा उह मतलब कि बार वल्लों हो गया, ते मां प्यो खुद करजे चुक चुक के अपने बच्चों नूं इस दलदल दे विचों कढ़न लई बाहर भेज रहे ने। ते दूसरी गल असीं इही पुछना सी बाजवा साहब नूं कि कैप्टन साहब कहिंदे ने कि बीबियां नूं बसां दे विच मुफ्त सहूलत दी जिहड़ी आ उह दित्ती जाएगी, असीं कहिंदे आ कि जदों पन बस वाले जां रोडवेज दीआं बसां वाले तुहाडे घरां दे मूहरे जा के और रोस धरने कर रहे ने जां उत्थे मुजाहरे हो रहे ने, ते जिहड़ा रोडवेज दा महकमा उह तां तुसीं प्राइवेट कर रहे हो, ते बीबियां नूं तुसीं किहड़ियां बसां ते चढ़ाओ, दूसरे पासे सारे महकमिआं नूं तुसीं प्राइवेट कर रहे हो, ते फिर आ दसो कि पंजाब दे लोकां दा हित कित्थे सवार रहे हो, इन्हां मंग मसलियां नूं लैके ही असीं इत्थे आए सां, पर लगदा कि इन्हां सवालों तो बाजवा साहब पल्ला झाड़ गए ने, हो सकदा कि वो इत्थे ना पहुँचन, पर असीं फिर भी तुहाडे जरिए ये बेनती करने आ कि बाजवा साहब इत्थे जरूर आण, कम से कम जेकर जन सभा कही है लोक अदालत कही है कि इत्थे अधिकारी आउणगे गलबात सुनी जाएगी, तो असीं हुण भी बेनती करने आ कि बाजवा साहब इत्थे आके साडे मंग मसलियां नूं तुसीं हक ते सच दी खबर लई लाइक ते सबसक्राइब करो पंजाब दा नंबर 1 डिजिटल न्यूज़ चैनल द फैक्ट न्यूज़।